ਹੈਲੋ ਸਟੂਡੈਂਟਸ, ਵੈਲਕਮ ਟੂ ਸਟੱਡੀ ਪੁਆਇੰਟ 44। ਹਾਂਜੀ, ਪੰਜਾਬ ਪੁਲਿਸ ਐਗਜ਼ਾਮ ਨੂੰ ਟਾਰਗੇਟ ਰੱਖ ਕੇ ਜੋ ਆਪਾਂ 1000 ਪਲੱਸ GK MCQs ਦੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਉਹਦੇ ਆਪਾਂ ਨੈਕਸਟ ਜਿਹੜੇ MCQs ਬੰਦੇ ਨੇ ਉਹ ਆਪਾਂ ਅੱਜ ਵੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਅੱਜ ਆਪਣਾ ਡੇ 5 ਰਹੇਗਾ, ਯਾਨੀ ਕਿ ਇਸ ਤੋਂ ਪਹਿਲਾਂ 4 ਵੀਡੀਓਜ਼ ਜਿਹੜੀਆਂ ਅਪਲੋਡ ਆਪਾਂ ਇਸ ਚੈਨਲ ਦੇ ਉੱਪਰ ਕਰ ਦਿੱਤੀਆਂ ਨੇ। ਜੇਕਰ ਤੁਸੀਂ ਉਹਨਾਂ ਵੀਡੀਓਜ਼ ਨੂੰ ਨਹੀਂ ਦੇਖਿਆ ਤਾਂ ਚੈਨਲ ਦੀ ਤੁਸੀਂ ਪਲੇ ਲਿਸਟ ਚੈੱਕ ਕਰਕੇ ਦੇਖੋ, ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਉਹ ਤੁਹਾਨੂੰ ਮਿਲ ਜਾਣਗੀਆਂ। ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵਿਦਿਆਰਥੀ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਤਾਂ ਪਲੀਜ਼ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਵੋ, ਤਾਂ ਜੋ ਜਦੋਂ ਵੀ ਕੋਈ ਆਪਾਂ ਨੈਕਸਟ ਵੀਡੀਓ ਅਪਲੋਡ ਕਰਦੇ ਹਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲ ਸਕੇ। ਇਸ ਤੋਂ ਇਲਾਵਾ ਇੱਕ ਆਪਣਾ ਟੈਲੀਗ੍ਰਾਮ ਚੈਨਲ ਹੈ ਐਂਡ ਇੱਕ ਆਪਣਾ ਐਪਲੀਕੇਸ਼ਨ ਵੀ ਹੈਗਾ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਹੈ। ਟੈਲੀਗ੍ਰਾਮ ਚੈਨਲ ਤੁਸੀਂ ਜੁਆਇਨ ਕਰ ਲੈਣਾ, ਉੱਥੇ ਹਰੇਕ ਅਪਡੇਟਸ ਪ੍ਰੋਵਾਈਡ ਕੀਤੀ ਜਾਂਦੀ ਹੈ ਸਟੱਡੀ ਨਾਲ ਰਿਲੇਟਡ। ਇਸ ਤੋਂ ਇਲਾਵਾ ਜਿਹੜਾ ਆਪਣਾ ਐਪਲੀਕੇਸ਼ਨ ਹੈ ਸਟੱਡੀ ਪੁਆਇੰਟ 44, ਉਸ ਨੂੰ ਵੀ ਤੁਸੀਂ ਇੰਸਟਾਲ ਕਰ ਲੈਣਾ, ਠੀਕ ਹੈ। ਉੱਥੇ ਤੁਹਾਨੂੰ ਫ੍ਰੀ ਆਫ ਕਾਸਟ ਕੁਝ PDF ਮਿਲ ਜਾਣਗੀਆਂ ਐਂਡ ਕੁਝ ਪੇਡ ਵੀ ਤੁਹਾਨੂੰ PDF ਉੱਤੇ ਮਿਲ ਜਾਣਗੀਆਂ। ਇਸ ਤੋਂ ਇਲਾਵਾ ਕੰਪਲੀਟ ਪੰਜਾਬ GK ਦਾ ਆਪਾਂ ਨੋਟਸ ਵੀ ਰੈਡੀ ਕੀਤੇ ਨੇ, ਠੀਕ ਹੈ। 200 ਰੁਪਏ ਉਹਨਾਂ ਦੀ ਫੀਸ ਰੱਖੀ ਗਈ ਹੈ। ਨੀਚੇ ਜਿਹੜਾ ਨੰਬਰ ਤੁਹਾਨੂੰ ਦਿਖਾਈ ਦੇ ਰਿਹਾ, ਉਸ ਨੰਬਰ ਤੇ ਤੁਸੀਂ ਮੈਨੂੰ WhatsApp ਰਾਹੀਂ ਡਾਇਰੈਕਟ ਕਾਲ ਕਰ ਸਕਦੇ ਹੋ ਜਾਂ WhatsApp ਰਾਹੀਂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ, ਤਾਂ ਸਟੱਡੀ ਨੋਟਸ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਜਿਹੜੀ ਆ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ। ਬਾਕੀ ਵੀਡੀਓ ਨੂੰ ਐਂਡ ਤੱਕ ਦੇਖਣਾ, ਕੰਟੈਂਟ ਤੁਹਾਨੂੰ ਵਧੀਆ ਲੱਗਦਾ ਤਾਂ ਫਿਰ ਤੁਸੀਂ ਆਪਣੇ ਕੋਲ ਨੋਟਸ ਵੀ ਬਾਏ ਕਰ ਸਕਦੇ ਹੋ। ਸੋ ਇਸ ਦੇ ਨਾਲ ਹੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਆਪਣੇ 95 ਜਿਹੜੇ MCQs ਨੇ ਆਪਾਂ ਕਰ ਚੁੱਕੇ ਹਾਂ। ਭਾਰਤੀ ਸੰਵਿਧਾਨ ਦੇ ਵਿੱਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਨੂੰ ਹਟਾਉਣ ਦਾ ਜਿਹੜਾ ਤਰੀਕਾ ਹੈ, ਇਹ ਕਿੱਥੋਂ ਆਪਾਂ ਅਪਣਾਇਆ, ਯਾਨੀ ਕਿ ਕਿੱਥੋਂ ਲਿਆ ਗਿਆ ਹੈ, ਇਟਲੀ ਤੋਂ, ਜਾਪਾਨ ਤੋਂ, ਇੰਗਲੈਂਡ ਤੋਂ ਜਾਂ ਅਮਰੀਕਾ ਤੋਂ। ਤੁਹਾਨੂੰ ਪਤਾ ਹੋਵੇਗਾ ਸੰਵਿਧਾਨ ਦੇ ਵਿੱਚ ਜਿੰਨੇ ਵੀ ਆਪਣੇ ਤਰੀਕੇ ਬੰਦੇ ਨੇ, ਠੀਕ ਹੈ, ਜਿਵੇਂ ਕਿ ਪ੍ਰਸਤਾਵਨਾ ਨੂੰ ਐਡ ਕੀਤਾ ਗਿਆ ਸੰਵਿਧਾਨ ਦੇ ਵਿੱਚ, ਰਾਜ ਸਭਾ ਦੇ ਜਿਹੜੇ ਮੈਂਬਰ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਵੀ ਐਡ ਕੀਤਾ ਗਿਆ। ਇਸ ਤੋਂ ਇਲਾਵਾ ਐਮਰਜੈਂਸੀ ਦੀ ਪਾਵਰ ਹੋ ਗਈ, ਠੀਕ ਹੈ, ਤਾਂ ਇਹ ਜਿਹੜੀਆਂ ਕੁਝ ਪਾਵਰ ਹੈਗੀਆਂ ਨੇ ਅਲੱਗ ਅਲੱਗ ਦੇਸ਼ਾਂ ਤੋਂ ਆਪਾਂ ਲਈਆਂ ਨੇ, ਤਾਂ ਇੱਥੇ ਗੱਲ ਕੀਤੀ ਗਈ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਨੂੰ ਹਟਾਉਣ ਦਾ ਜਿਹੜਾ ਤਰੀਕਾ, ਇਹ ਆਪਾਂ ਕਿੱਥੋਂ ਲਿਆ ਹੈ, ਤਾਂ ਇੱਥੇ ਜਿਹੜਾ ਸਹੀ ਆਂਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ D, ਯਾਨੀ ਕਿ ਅਮਰੀਕਾ, ਠੀਕ ਹੈ, ਅਮਰੀਕਾ ਦੇਸ਼ ਤੋਂ ਲਿਆ ਇਹ ਵਾਲਾ ਆਪਾਂ ਤਰੀਕਾ, ਤਾਂ D ਇੱਥੇ ਬਿਲਕੁਲ ਸਹੀ ਆਂਸਰ ਬਣੇਗਾ। ਪੰਜਾਬ ਪੁਲਿਸ ਐਗਜ਼ਾਮ ਦੇ ਵਿੱਚ ਪੋਲਟੀ ਦੇ ਤੁਹਾਨੂੰ ਕਾਫੀ ਜਿਹੜੇ ਕੁਐਸਚਨਸ ਨੇ ਉਹ ਦੇਖਣ ਨੂੰ ਮਿਲਣਗੇ, ਤਾਂ D ਬਿਲਕੁਲ ਸਹੀ ਆਂਸਰ ਬਣੇਗਾ। ਪ੍ਰਸਤਾਵਨਾ ਦੀ ਜੇਕਰ ਆਪਾਂ ਗੱਲ ਕਰੀਏ, ਠੀਕ ਹੈ, ਪ੍ਰੈਮਬਲ, ਤਾਂ ਇਹਦੀ ਪਾਵਰ ਵੀ ਆਪਾਂ ਅਮਰੀਕਾ ਤੋਂ ਲਈ ਹੈ। ਇਸ ਤੋਂ ਇਲਾਵਾ ਨਿਆਂਪਾਲਿਕਾ ਹੋ ਗਈ, ਤਾਂ ਇਹ ਵੀ ਆਪਾਂ ਅਮਰੀਕਾ ਤੋਂ ਲਿਆ। ਇਸ ਤੋਂ ਇਲਾਵਾ ਮੂਲ ਅਧਿਕਾਰ, ਯਾਨੀ ਕਿ ਮੌਲਿਕ ਅਧਿਕਾਰ, ਤਾਂ ਇਹ ਵੀ ਆਪਾਂ ਅਮਰੀਕਾ ਤੋਂ ਲੈਣੇ। ਇਹ ਕੁਝ ਮਹੱਤਵਪੂਰਨ ਪੁਆਇੰਟ ਨੇ, ਇਹਨਾਂ ਨੂੰ ਪਲੀਜ਼ ਨੋਟ ਤੁਸੀਂ ਜ਼ਰੂਰ ਕਰ ਲੈਣੇ। ਇੱਥੇ D ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ D। ਨੈਕਸਟ ਆਪਣਾ ਕੁਐਸਚਨ ਹੈ, ਭਾਰਤ ਦੇ ਸੰਵਿਧਾਨ ਵਿੱਚ ਸੋਧ ਕਰਨ ਸੰਬੰਧੀ ਤਰੀਕਾ ਕਿੱਥੋਂ ਅਪਣਾਇਆ ਗਿਆ, ਯਾਨੀ ਕਿ ਸੰਵਿਧਾਨ ਦੇ ਵਿੱਚ ਕੋਈ ਵੀ ਸੋਧ ਕਰਨੀ ਹੈ, ਯਾਨੀ ਕਿ ਕੁਝ ਐਡ ਕਰਨਾ ਸੰਵਿਧਾਨ ਦੇ ਵਿੱਚ ਜਾਂ ਕੁਝ ਸੰਵਿਧਾਨ ਦੇ ਵਿੱਚੋਂ ਹਟਾਉਣਾ ਹੈ, ਤਾਂ ਇਹ ਆਪਾਂ ਤਰੀਕਾ ਕਿੱਥੋਂ ਅਪਣਾਇਆ ਹੈ, ਇਹ ਆਪਣੇ ਕੋਲ ਕੁਐਸਚਨ ਪੁੱਛਿਆ ਗਿਆ। ਇਟਲੀ, ਦੱਖਣੀ ਅਫਰੀਕਾ, ਆਸਟ੍ਰੇਲੀਆ ਜਾਂ ਜਾਪਾਨ, ਤਾਂ ਇੱਥੇ ਜਿਹੜਾ ਸਹੀ ਆਂਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ B, ਯਾਨੀ ਕਿ ਦੱਖਣੀ ਅਫਰੀਕਾ। ਠੀਕ ਹੈ, ਭਾਰਤ ਦੇ ਸੰਵਿਧਾਨ ਵਿੱਚ ਸੋਧ ਕਰਨ ਸੰਬੰਧੀ ਜਿਹੜਾ ਤਰੀਕਾ, ਇਹ ਆਪਾਂ ਦੱਖਣੀ ਅਫਰੀਕਾ ਤੋਂ ਅਪਣਾਇਆ, ਤਾਂ B ਇੱਥੇ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ B। ਰਾਜ ਸਭਾ ਦੇ ਮੈਂਬਰਾਂ ਦੀ ਚੋਣ ਸੰਬੰਧੀ ਪ੍ਰਾਵਧਾਨ ਜਿਹੜਾ ਉਹ ਵੀ ਆਪਾਂ ਦੱਖਣੀ ਅਫਰੀਕਾ ਤੋਂ ਲਿਆ ਹੈ। ਠੀਕ ਹੈ, ਨੈਕਸਟ ਆਪਣਾ ਕੁਐਸਚਨ ਹੈਗਾ, ਭਾਰਤ ਦੇ ਰਾਸ਼ਟਰੀ ਗਾਨ ਨੂੰ
ਸੰਵਿਧਾਨ ਸਭਾ ਦੁਆਰਾ ਕਦੋਂ ਅਪਣਾਇਆ ਗਿਆ ਸੀਗਾ। ਆਹ ਜਿਹੜਾ ਕੁਸ਼ਚਨ ਹੈ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦਾ ਹੈ, ਸੋ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਜਿੰਨੇ ਵੀ ਮੈਂ ਤੁਹਾਨੂੰ ਕੁਸ਼ਚਨਸ ਕਰਾ ਰਿਹਾ ਪਲੀਜ਼ ਇਹਨਾਂ ਨੂੰ ਨੋਟ ਤੁਸੀਂ ਜ਼ਰੂਰ ਕਰਨਾ ਹੈ। ਇਸ ਤੋਂ ਇਲਾਵਾ ਜਿਹੜੀ ਮੈਂ ਤੁਹਾਨੂੰ ਐਕਸਟਰਾ ਇਨਫੋਰਮੇਸ਼ਨ ਦਿੰਦਾ ਹੁੰਦਾ ਉਸ ਨੂੰ ਵੀ ਤੁਸੀਂ ਨੋਟ ਕਰ ਲਿਆ ਕਰੋ। ਭਾਰਤੀ ਰਾਸ਼ਟਰੀ ਗਾਨ ਯਾਨੀ ਕਿ ਜਨ ਗਨ ਮਨ ਨੂੰ ਸੰਵਿਧਾਨ ਸਭਾ ਦੁਆਰਾ ਕਦੋਂ ਅਪਣਾਇਆ ਗਿਆ ਸੀ, ਆਂਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ 24 ਜਨਵਰੀ 1950 ਨੂੰ। ਬੀ ਬਿਲਕੁਲ ਸਹੀ ਆਂਸਰ ਬਣੇਗਾ। ਰਾਸ਼ਟਰੀ ਗਾਨ ਨੂੰ ਪਹਿਲੀ ਵਾਰ 27 ਦਸੰਬਰ 1911 ਵਿੱਚ ਦਿੱਲੀ ਦਰਬਾਰ ਵਿੱਚ ਗਾਇਆ ਗਿਆ ਸੀਗਾ। ਕਦੋਂ ਗਾਇਆ ਗਿਆ ਸੀ? 27 ਦਸੰਬਰ 1911 ਦੇ ਵਿੱਚ ਦਿੱਲੀ ਦਰਬਾਰ ਵਿੱਚ ਗਾਇਆ ਗਿਆ ਸੀਗਾ। ਠੀਕ ਹੈ, ਇਹ ਵੀ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਰਾਸ਼ਟਰੀ ਗੀਤ ਨੂੰ ਵੀ 24 ਜਨਵਰੀ 1950 ਦੇ ਵਿੱਚ ਅਪਣਾਇਆ ਗਿਆ ਸੀ, ਯਾਨੀ ਕਿ ਰਾਸ਼ਟਰੀ ਗੀਤ ਹੈਗਾ ਆਪਣਾ ਵੰਦੇ ਮਾਤਰਮ। ਠੀਕ ਹੈ, ਤਾਂ ਵੰਦੇ ਮਾਤਰਮ ਜਿਹੜੀ ਰਚਨਾ ਇਹ ਬੈਕਿਮ ਚੰਦਰ ਚੈਟਰਜੀ ਦੀ ਹੈ। ਇਸ ਤਰ੍ਹਾਂ ਰਾਸ਼ਟਰੀ ਗਾਨ ਜਿਹੜਾ ਲਿਖਿਆ ਗਿਆ ਸੀ ਉਹ ਲਿਖਿਆ ਗਿਆ ਸੀ ਰਵਿੰਦਰ ਨਾਥ ਟੈਗੋਰ ਦੁਆਰਾ। ਠੀਕ ਹੈ, ਤਾਂ ਰਾਸ਼ਟਰੀ ਗੀਤ ਨੂੰ ਵੀ 24 ਜਨਵਰੀ 1950 ਵਿੱਚ ਅਪਣਾਇਆ ਗਿਆ ਸੀ, ਇਹ ਵੀ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਹਾਂਜੀ, ਜੇਕਰ ਤੁਹਾਨੂੰ ਵੀਡੀਓ ਹੈਲਪਫੁਲ ਲੱਗ ਰਹੀ ਤਾਂ ਪਲੀਜ਼ ਇੱਕ ਵਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਐਂਡ ਲਾਈਕ ਵੀ ਕਰ ਦਿਓ। ਨੈਕਸਟ ਆਪਣਾ ਕੁਸ਼ਚਨ ਹੈਗਾ, ਭਾਰਤ ਵਿੱਚ ਪਹਿਲੀ ਨਗਰ ਨਿਗਮ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ? ਪੇਪਰ ਤੁਸੀਂ ਉਠਾ ਕੇ ਦੇਖਿਆ ਜੇ ਪੰਜਾਬ ਪੁਲਿਸ ਦਾ ਪਿਛਲਾ। ਠੀਕ ਹੈ, ਇਹਦੇ ਵਿੱਚ ਉਹਦੇ ਵਿੱਚ ਜਿਹੜਾ ਕੁਸ਼ਚਨ ਪੁੱਛਿਆ ਗਿਆ ਸੀਗਾ ਕਿ ਨਗਰ ਨਿਗਮ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ, ਡਾਇਰੈਕਟ ਇੱਦਾਂ ਹੀ ਕੁਸ਼ਚਨ ਪੁੱਛਿਆ ਗਿਆ ਸੀ। ਆਂਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਮਦਰਾਸ। ਜੇਕਰ ਮਦਰਾਸ ਨਾ ਹੋਵੇ ਤਾਂ ਉੱਥੇ ਚੇਨਈ ਵੀ ਆਪਸ਼ਨ 'ਚ ਹੋ ਸਕਦਾ, ਚੇਨਈ ਵੀ ਤੁਸੀਂ ਆਂਸਰ ਟਿੱਕ ਕਰ ਸਕਦੇ ਹੋ। ਠੀਕ ਹੈ, ਮਦਰਾਸ ਜੇਕਰ ਨਾ ਹੋਵੇ ਤਾਂ ਬੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ। ਠੀਕ ਹੈ, ਨਗਰ ਨਿਗਮ ਦੀ ਜਿਹੜੀ ਸਥਾਪਨਾ ਹੈ 1687-88 ਵਿੱਚ ਕੀਤੀ ਗਈ ਸੀ। ਕਦੋਂ? 1687-88 ਦੇ ਵਿੱਚ ਕੀਤੀ ਗਈ ਸੀਗੀ। ਇਸ ਤੋਂ ਇਲਾਵਾ ਇੱਕ ਇਹ ਵੀ ਕੁਸ਼ਚਨ ਪੁੱਛਿਆ ਜਾਂਦਾ, ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਕਿਸ ਨੂੰ ਕਿਹਾ ਜਾਂਦਾ? ਤਾਂ ਲਾਰਡ ਰਿਪਨ ਨੂੰ ਕਿਹਾ ਜਾਂਦਾ ਹੈ। ਇਹ ਵੀ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਨੈਕਸਟ ਆਪਣਾ ਕੁਸ਼ਚਨ ਹੈਗਾ, ਕ੍ਰਿਸਚੀਅਨ ਮਿਸ਼ਨ ਵੱਲੋਂ ਪਹਿਲੀ ਪੰਜਾਬੀ ਪ੍ਰਿੰਟਿੰਗ ਪ੍ਰੈਸ ਕਦੋਂ ਸਥਾਪਿਤ ਕੀਤੀ ਗਈ ਸੀਗੀ? 1866, 1830, 1835 ਜਾਂ 1840? ਤਾਂ ਕ੍ਰਿਸਚੀਅਨ ਮਿਸ਼ਨ ਵੱਲੋਂ ਪਹਿਲੀ ਪੰਜਾਬੀ ਪ੍ਰਿੰਟਿੰਗ ਪ੍ਰੈਸ ਕਦੋਂ ਸਥਾਪਿਤ ਕੀਤੀ ਗਈ ਸੀ? ਕੀਤੀ ਗਈ ਸੀ 1835 ਦੇ ਵਿੱਚ। ਸੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਸੀ। ਨੈਕਸਟ ਕੁਸ਼ਚਨ ਹੈਗਾ, ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਈਸ਼ਵਰ ਚੰਦਰ ਨੰਦਾ ਦੀ ਹੈ? ਸੁਹਾਗ, ਬੇਬੇ ਰਾਮ, ਭਜਨੀ, ਇੱਥੇ ਭਜਨੀ ਆਵੇਗਾ, ਸੁਭਦਰਾ ਜਾਂ ਉਪਰੋਕਤ ਸਾਰੇ? ਤਾਂ ਇਹ ਜਿਹੜੀਆਂ ਸਾਰੀਆਂ ਰਚਨਾਵਾਂ ਨੇ ਇਹ ਹੈਗੀਆਂ ਨੇ ਈਸ਼ਵਰ ਚੰਦਰ ਨੰਦਾ ਦੀ, ਤਾਂ ਡੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਡੀ। ਠੀਕ ਹੈ, ਇੱਥੇ ਬੇਬੇ ਰਾਮ ਭਜਨੀ ਆਵੇਗਾ, ਇਹ ਤੁਸੀਂ ਧਿਆਨ ਵਿੱਚ ਰੱਖ ਲਿਆ ਜੀ। ਠੀਕ ਹੈ, ਡੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਡੀ। ਸੁਭਦਰਾ ਜਿਹੜੀ ਰਚਨਾ ਇਹ ਬਹੁਤ ਵਾਰ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ। ਪੰਜਾਬੀ ਨਾਟਕ ਦਾ ਪਿਤਾਮਾ ਪੁੱਛ ਲਿਆ ਜਾਵੇ ਤਾਂ ਈਸ਼ਵਰ ਚੰਦਰ ਨੰਦਾ ਪੰਜਾਬੀ ਨਾਟਕ ਦਾ ਪਿਤਾਮਾ ਕਿਹਾ ਜਾਂਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਪੰਜਾਬੀ ਨਾਵਲ ਦਾ ਪਿਤਾਮਾ ਪੁੱਛ ਲਿਆ ਜਾਵੇ ਤਾਂ ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ। ਠੀਕ ਹੈ, ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ। ਠੀਕ ਹੈ, ਇਹ ਵੀ ਪੁਆਇੰਟ ਤੁਸੀਂ ਨੋਟ ਕਰ ਲੈਣਾ ਹੈ। ਨੈਕਸਟ ਆਪਣਾ ਕੁਸ਼ਚਨ ਹੈਗਾ, ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ? ਜਪਜੀ ਸਾਹਿਬ, ਸਿੱਧ ਗੋਸ਼ਟ, ਦੱਖਣੀ ਓਂਕਾਰ ਜਾਂ 24 ਅਵਤਾਰ? ਤਾਂ ਇਹਨਾਂ ਵਿੱਚੋਂ ਜਿਹੜੀ ਰਚਨਾ ਹੈਗੀ 24 ਅਵਤਾਰ, ਇਹ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ, ਬਾਕੀ ਸਾਰੀਆਂ ਰਚਨਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ। ਤਾਂ ਡੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਡੀ।
ਜਦੋਂ ਤੁਸੀਂ ਪੇਪਰ ਦੇ ਵਿੱਚ ਬੈਠਦੇ ਹੋ ਪਲੀਜ਼ ਕੁਐਸਚਨ ਨੂੰ ਧਿਆਨ ਨਾਲ ਅਤੇ ਪੂਰਾ ਜ਼ਰੂਰ ਰੀਡ ਕਰਿਆ ਕਰੋ। ਜਿੱਦਾਂ ਇੱਥੇ ਕੁਐਸਚਨ ਪੁੱਛਿਆ ਗਿਆ ਸੀ, ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਰਚਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ? ਬੱਚੇ ਕੀ ਕਰਦੇ ਨੇ, ਇੰਨਾ ਕੁਐਸਚਨ ਪੜ੍ਹਦੇ ਨੇ, ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਰਚਨਾ ਸ਼੍ਰੀ ਗੁਰੂ ਨਾਨਕ ਦੇਵ ਜੀ, ਠੀਕ ਹੈ, ਅੱਗੇ ਜਿਹੜਾ ਨਹੀਂ ਵਰਡ ਮੈਂਸ਼ਨ ਕੀਤਾ ਹੁੰਦਾ ਇਸ ਨੂੰ ਰੀਡ ਨਹੀਂ ਕਰਦੇ, ਤਾਂ ਉਹਨਾਂ ਦਾ ਜਿਹੜਾ ਕੁਐਸਚਨ ਦਾ ਆਂਸਰ ਹੈ ਉਹ ਗਲਤ ਹੋ ਜਾਂਦਾ। ਇਸ ਕਰਕੇ ਕੁਐਸਚਨ ਨੂੰ ਪ੍ਰੋਪਰ ਵੇ ਨਾਲ ਧਿਆਨ ਨਾਲ ਪੂਰਾ ਰੀਡ ਕਰਨਾ ਹੈ, ਫਿਰ ਜਿਹੜੀਆਂ ਚਾਰ ਆਪਸ਼ਨਾਂ ਦਿੱਤੀਆਂ ਹੁੰਦੀਆਂ ਨੇ ਉਹਨਾਂ ਨੂੰ ਧਿਆਨ ਨਾਲ ਦੇਖਣਾ, ਫਿਰ ਤੁਸੀਂ ਆਂਸਰ ਟਿਕ ਕਰਨਾ ਹੈ। ਹੋਰ ਰਚਨਾਵਾਂ ਇਹਨਾਂ ਦੀ ਕਿਹੜੀਆਂ ਨੇ? ਕੀਰਤਨ 16 ਤੇ 12 ਮਹਾਂ, ਠੀਕ ਹੈ, ਇਹ ਰਚਨਾਵਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ। ਨੈਕਸਟ, ਤ੍ਰਿਮਾਵ ਕਿਹੜੇ ਦਰਿਆਵਾਂ ਦਾ ਸੰਗ੍ਰਹਿ ਹੈਗਾ? ਠੀਕ ਹੈ, ਇੱਥੇ ਤੁਸੀਂ ਆਪਸ਼ਨਾਂ ਦੇਖੋ, ਚਿਨਾਬ, ਸਤਲੁਜ, ਰਾਵੀ, ਰਾਵੀ, ਚਿਨਾਬ, ਜੇਹਲਮ, ਬਿਆਸ, ਚਿਨਾਬ, ਜੇਹਲਮ, ਸੋਰੀ, ਬਿਆਸ, ਜੇਹਲਮ ਤੇ ਰਾਵੀ, ਜਾਂ ਸਤਲੁਜ, ਬਿਆਸ, ਰਾਵੀ। ਤਾਂ ਤ੍ਰਿਮਾਵ ਜਿਹੜਾ ਹੈਗਾ ਇਹ ਰਾਵੀ, ਚਿਨਾਬ ਅਤੇ ਜੇਹਲਮ ਇਹਨਾਂ ਤਿੰਨ ਦਰਿਆਵਾਂ ਦਾ ਸੰਗ੍ਰਹਿ ਹੈ, ਤਾਂ ਬੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਬੀ। ਏਦਾਂ ਹੀ ਡਾਇਰੈਕਟ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲ ਸਕਦਾ ਹੈ। ਜਦੋਂ ਤਿੰਨੋਂ ਦਰਿਆ ਦੇ ਦਿੱਤੇ ਜਾਂਦੇ ਨੇ ਬੱਚੇ ਕਨਫਿਊਜ਼ ਹੋ ਜਾਂਦੇ ਨੇ, ਇਸ ਕਰਕੇ ਜਿੰਨੇ ਵੀ ਮੈਂ ਤੁਹਾਨੂੰ ਕੁਐਸਚਨ ਕਰਾਉਣਾ ਉਹਨਾਂ ਪਲੀਜ਼ ਨੋਟ ਜ਼ਰੂਰ ਕਰਿਆ ਕਰੋ। ਕੁਐਸਚਨ ਹੈਗਾ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਜੋੜਾ ਗਲਤ ਹੈ? ਸਤਲੁਜ, ਸ਼ਤੁਦਰੀ, ਬਿਆਸ, ਵਿਪਾਸਾ, ਰਾਵੀ, ਅਸਕਨੀ, ਜੇਹਲਮ, ਵਿਤਸਤਾ। ਯਾਨੀ ਕਿ ਇਹਨਾਂ ਦੇ ਪੁਰਾਣੇ ਨਾਮ ਇੱਥੇ ਮੈਂਸ਼ਨ ਕੀਤੇ ਹੋਏ ਨੇ, ਤਾਂ ਆਂਸਰ ਬਣੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਰਾਵੀ, ਅਸਕਨੀ। ਰਾਵੀ ਦਾ ਪੁਰਾਣਾ ਨਾਮ ਜਿਹੜਾ ਸੀਗਾ ਉਹ ਸੀਗਾ ਪੁਰੂਸ਼ਨੀ, ਨਾ ਕਿ ਅਸਕਨੀ। ਸਤਲੁਜ ਦਰਿਆ ਦਾ ਪੁਰਾਣਾ ਨਾਮ ਸੀਗਾ ਸ਼ਤੁਦਰੀ, ਬਿਆਸ ਦਾ ਵਿਪਾਸਾ, ਜੇਹਲਮ ਦਾ ਵਿਤਸਤਾ, ਠੀਕ ਹੈ। ਇਸ ਤੋਂ ਇਲਾਵਾ ਰਾਵੀ ਦਰਿਆ ਦਾ ਪੁਰਾਣਾ ਨਾਮ ਹੈਗਾ ਪੁਰੂਸ਼ਨੀ, ਤੇ ਚਿਨਾਬ ਦਰਿਆ ਦਾ ਪੁਰਾਣਾ ਨਾਮ ਹੈਗਾ ਅਸਕਨੀ, ਠੀਕ ਹੈ। ਇਹਨਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਭਾਖੜਾ ਨੰਗਲ ਡੈਮ ਕਿਹੜੇ ਦਰਿਆ ਉੱਪਰ ਬਣਿਆ ਹੋਇਆ ਹੈ? ਜੀ, ਭਾਖੜਾ ਨੰਗਲ ਜਿਹੜਾ ਡੈਮ ਹੈਗਾ ਇਹ ਪੰਜਾਬ ਦਾ ਸਭ ਤੋਂ ਜਿਹੜਾ ਵੱਡਾ ਦਰਿਆ ਹੈਗਾ ਸਤਲੁਜ ਦਰਿਆ, ਇਸ ਦਰਿਆ ਉੱਪਰ ਬਣਿਆ ਹੋਇਆ। ਇਹ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਏ, ਸਤਲੁਜ ਦਰਿਆ। ਸੰਗਤ ਤੋਂ ਪਹਿਲਾਂ ਪੰਗਤ ਪ੍ਰਥਾ ਦਾ ਪ੍ਰਚਾਰ ਕਿਹੜੇ ਗੁਰੂ ਸਾਹਿਬਾਨ ਨੇ ਕੀਤਾ ਸੀਗਾ? ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਜਾਂ ਸ਼੍ਰੀ ਗੁਰੂ ਰਾਮਦਾਸ ਜੀ? ਤਾਂ ਸੰਗਤ ਤੋਂ ਪਹਿਲਾਂ ਪੰਗਤ ਪ੍ਰਥਾ ਦਾ ਜਿਹੜਾ ਪ੍ਰਚਾਰ ਹੈ ਇਹ ਕੀਤਾ ਸੀ ਸ਼੍ਰੀ ਗੁਰੂ ਅਮਰਦਾਸ ਜੀ ਨੇ। ਸੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਸੀ, ਸ਼੍ਰੀ ਗੁਰੂ ਅਮਰਦਾਸ ਜੀ। ਇਸ ਤੋਂ ਇਲਾਵਾ ਲੰਗਰ ਪ੍ਰਥਾ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਠੀਕ ਹੈ। ਜਦੋਂ ਭੁੱਖੇ ਸਾਧੂਆਂ ਨੂੰ ਖਾਣਾ ਖਵਾਇਆ ਸੀ ਤਾਂ ਉਦੋਂ ਤੋਂ ਲੰਗਰ ਪ੍ਰਥਾ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਇੱਥੇ ਸੀ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਸੀ। ਇਸ ਤੋਂ ਇਲਾਵਾ ਇਹਨਾਂ ਨੇ ਸ਼ਹਿਰ ਵਸਾਇਆ ਸੀ ਗੋਇੰਦਵਾਲ ਸਾਹਿਬ, ਐਂਡ ਰਚਨਾ ਇਹਨਾਂ ਦੀ ਹੈਗੀ ਆਨੰਦ ਸਾਹਿਬ। ਆਨੰਦ ਸਾਹਿਬ ਰਚਨਾ ਪੇਪਰ ਵਿੱਚ ਬਹੁਤ ਵਾਰ ਪੁੱਛੀ ਜਾਂਦੀ ਹੈ ਕਿਸ ਦੀ ਹੈ, ਤਾਂ ਸਿੱਖਾਂ ਦੇ ਤੀਸਰੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦੀ ਹੈਗੀ ਆਨੰਦ ਸਾਹਿਬ ਰਚਨਾ। ਨੈਕਸਟ, ਮਸੰਦ ਪ੍ਰਥਾ ਕਿਹੜੇ ਗੁਰੂ ਸਾਹਿਬਾਨ ਨੇ ਆਰੰਭ ਕੀਤੀ ਸੀਗੀ? ਥਰਡ, ਫੋਰਥ, ਫਿਫਥ, ਜਾਂ ਸਿਕਸਥ, ਠੀਕ ਹੈ। ਤਾਂ ਮਸੰਦ ਜਿਹੜੀ ਪ੍ਰਥਾ ਹੈਗੀ ਹੈ ਮੈਂ ਤੁਹਾਨੂੰ ਦੱਸ ਦਿੰਦਾ, ਮਸੰਦ ਪ੍ਰਥਾ ਦਾ ਅੰਤ ਕੀਤਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਐਂਡ ਇਹਦੀ ਸ਼ੁਰੂਆਤ ਕੀਤੀ ਸੀ ਸਿੱਖਾਂ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਨੇ। ਤਾਂ ਬੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਬੀ, ਮਸੰਦ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ, ਠੀਕ ਹੈ। ਤਾਂ ਬੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ। ਗੁਰੂ ਰਾਮਦਾਸ ਜੀ ਨੂੰ ਪਾਈ ਜੇਠਾ ਵੀ ਕਿਹਾ ਜਾਂਦਾ ਹੈ। ਰਚਨਾਵਾਂ ਇਹਨਾਂ ਦੀ ਕਿਹੜੀਆਂ ਕਿਹੜੀਆਂ ਨੇ? ਘੋੜੀਆਂ ਅਤੇ ਲਾਵਾਂ, ਠੀਕ ਹੈ, ਇਹ ਇਹਨਾਂ ਦੀਆਂ ਰਚਨਾਵਾਂ ਨੇ। ਨੈਕਸਟ, ਖਿਦਰਾਣੇ ਦੀ ਲੜਾਈ ਕਦੋਂ ਹੋਈ ਸੀਗੀ? ਖਿਦਰਾਣੇ ਦੀ ਲੜਾਈ ਯਾਨੀ ਕਿ ਸ਼੍ਰੀ ਮੁਕਤਸਰ ਸਾਹਿਬ ਦੀ ਲੜਾਈ, ਤਾਂ ਆਂਸਰ ਬਣੇਗਾ ਆਪਸ਼ਨ ਨੰਬਰ ਡੀ, ਯਾਨੀ ਕਿ 1705 ਦੇ ਵਿੱਚ ਖਿਦਰਾਣੇ ਦੀ ਲੜਾਈ ਹੁੰਦੀ ਹੈ। ਡੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਡੀ।
ਸ੍ਰੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਸੀਗਾ ਖਿਦਰਾਣਾ, ਠੀਕ ਹੈ। ਖਿਦਰਾਣੇ ਦੀ ਲੜਾਈ 27 ਦਸੰਬਰ 1705 ਦੇ ਵਿੱਚ ਹੋਈ ਸੀ। ਪੂਰੀ ਡੇਟ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਤਾਂ ਇੱਥੇ ਡੀ ਬਿਲਕੁਲ ਸਹੀ ਆਂਸਰ ਬਣੇਗਾ। ਕਿਸੇ ਵੀ ਕੁਐਸਚਨ ਦੇ ਰਿਗਾਰਡਿੰਗ ਕੋਈ ਤੁਹਾਨੂੰ ਡਾਊਟ ਲੱਗਦਾ ਤਾਂ ਕਮੈਂਟ ਬਾਕਸ ਵਿੱਚ ਤੁਸੀਂ ਮੈਨੂੰ ਪੁੱਛ ਸਕਦੇ ਹੋ, ਠੀਕ ਹੈ, ਉੱਥੇ ਤੁਹਾਡਾ ਜ਼ਰੂਰ ਜਵਾਬ ਦੇ ਦਿੱਤਾ ਜਾਵੇਗਾ। ਨੈਕਸਟ, ਪੰਜਾਬ ਵਿੱਚ ਕੁੱਲ ਕਿੰਨੇ ਤਖਤ ਮੌਜੂਦ ਹਨ? 2, 3, 4 ਜਾਂ 5? ਆਹ ਜਿਹੜਾ ਕੁਐਸਚਨ ਹੈ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾ ਚੁੱਕਿਆ ਹੈ। ਤਾਂ ਪੰਜਾਬ ਦੇ ਵਿੱਚ ਟੋਟਲ 3 ਤਖਤ ਮੌਜੂਦ ਹੈਗੇ ਨੇ। ਬੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ। ਸ੍ਰੀ ਅਕਾਲ ਤਖਤ ਸਾਹਿਬ ਹੋ ਗਿਆ ਅੰਮ੍ਰਿਤਸਰ ਦੇ ਵਿੱਚ, ਸ੍ਰੀ ਦਮਦਮਾ ਸਾਹਿਬ ਹੋ ਗਿਆ ਤਲਵੰਡੀ ਸਾਬੋ ਦੇ ਵਿੱਚ, ਤੇ ਸ੍ਰੀ ਕੇਸਗੜ੍ਹ ਸਾਹਿਬ ਹੋ ਗਿਆ ਸ੍ਰੀ ਅਨੰਦਪੁਰ ਸਾਹਿਬ ਵਿਖੇ, ਠੀਕ ਹੈ। ਇਹ 3 ਤਖਤ ਜਿਹੜੇ ਹੈਗੇ ਨੇ ਆਪਣੇ ਪੰਜਾਬ ਦੇ ਵਿੱਚ ਮੌਜੂਦ ਨੇ। ਬੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਬੀ। ਨੈਕਸਟ, ਆਦਿ ਗ੍ਰੰਥ ਸਾਹਿਬ ਦੇ ਲਿਖਾਰੀ ਕੌਣ ਸਨ? ਬਹੁਤ ਸਿੰਪਲ ਕੁਐਸਚਨ ਹੈ ਐਂਡ ਮਹੱਤਵਪੂਰਨ ਵੀ ਰਹੇਗਾ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ। ਤਾਂ ਆਂਸਰ ਬਣੇਗਾ ਆਪਸ਼ਨ ਨੰਬਰ ਬੀ, ਯਾਨੀ ਕਿ ਭਾਈ ਗੁਰਦਾਸ ਜੀ। ਆਦਿ ਗ੍ਰੰਥ ਸਾਹਿਬ ਦੇ ਲਿਖਾਰੀ ਕੌਣ ਸਨ? ਭਾਈ ਗੁਰਦਾਸ ਜੀ। ਬੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ। ਆਦਿ ਗ੍ਰੰਥ ਸਾਹਿਬ ਨੂੰ ਲਿਖਵਾਇਆ ਕੀ ਦੇ ਦੁਆਰਾ ਗਿਆ ਸੀਗਾ? ਫਿਰ ਆਂਸਰ ਬਦਲ ਜਾਵੇਗਾ, ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਲਿਖਵਾਇਆ ਗਿਆ ਸੀਗਾ, ਠੀਕ ਹੈ। ਯਾਨੀ ਕਿ ਇਹਨਾਂ ਨੇ ਲਿਖਵਾਇਆ ਸੀ ਭਾਈ ਗੁਰਦਾਸ ਜੀ ਤੋਂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ, ਠੀਕ ਹੈ। ਬੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ। ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਸਨ ਬਾਬਾ ਬੁੱਢਾ ਜੀ। ਕੌਣ? ਬਾਬਾ ਬੁੱਢਾ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ ਅੰਗ ਹਨ 1430। ਨੈਕਸਟ, ਸਿੰਘਾਪੁਰੀਆ ਜਿਹੜੀ ਮਿਸਲ ਸੀਗੀ ਤਾਂ ਇਹਦੇ ਸੰਸਥਾਪਕ ਕੌਣ ਸਨ? ਗੁਲਾਬ ਸਿੰਘ, ਜੈ ਸਿੰਘ, ਨਵਾਬ ਕਪੂਰ ਸਿੰਘ ਜਾਂ ਬੁੱਧ ਸਿੰਘ? ਤਾਂ ਸਿੰਘਾਪੁਰੀਆ ਜਿਹੜੀ ਮਿਸਲ ਹੈਗੀ ਹੈ ਇਹਦੇ ਸੰਸਥਾਪਕ ਸਨ ਨਵਾਬ ਕਪੂਰ ਸਿੰਘ। ਸੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਸੀ, ਨਵਾਬ ਕਪੂਰ ਸਿੰਘ। ਸ਼ਹੀਦ ਜਿਹੜੀ ਮਿਸਲ ਸੀਗੀ ਉਹਦੇ ਸੰਸਥਾਪਕ ਸਨ ਬਾਬਾ ਦੀਪ ਸਿੰਘ, ਡੱਲੇ ਵਾਲੇ ਮਿਸਲ ਗੁਲਾਬ ਸਿੰਘ ਤੇ ਪੰਗੀ ਮਿਸਲ ਹਰੀ ਸਿੰਘ, ਠੀਕ ਹੈ। ਤਾਂ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਨੈਕਸਟ ਆਪਣਾ ਕੁਐਸਚਨ ਹੈਗਾ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਤਖਤ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ? ਧਿਆਨ ਦੇ ਨਾਲ ਰੀਡ ਕਰੋ। ਤਖਤ ਸ੍ਰੀ ਹਜ਼ੂਰ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਉਪਰੋਕਤ ਦੋਨੋਂ, ਜਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ? ਤਾਂ ਆਂਸਰ ਬਣੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ। ਤਾਂ ਇਹ ਦੋਨੋਂ ਜਿਹੜੇ ਤਖਤ ਨੇ ਆਪਣੇ ਪੰਜਾਬ ਤੋਂ ਬਾਹਰ ਹੈਗੇ ਨੇ, ਤਾਂ ਦੋਨੋਂ ਤਖਤ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਏ ਸੀ। ਤਾਂ ਸੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਸੀ। 113 ਨੰਬਰ ਕੁਐਸਚਨ ਹੈ, ਮਹਾਰਾਜਾ ਰਣਜੀਤ ਸਿੰਘ ਦੇ ਉੱਤਰਾਧਿਕਾਰੀ ਦਾ ਸਹੀ ਕ੍ਰਮ ਕੀ ਹੈ? ਆਹ ਜਿਹੜਾ ਕੁਐਸਚਨ ਹੈ ਪੇਪਰ ਵਿੱਚ ਬਹੁਤ ਵਾਰ ਰਿਪੀਟ ਹੁੰਦਾ, ਬੱਚੇ ਕਨਫਿਊਜ਼ ਹੋ ਜਾਂਦੇ ਨੇ, ਠੀਕ ਹੈ। ਇੱਥੇ ਆਪਾਂ ਸਹੀ ਕ੍ਰਮ ਜਿਹੜਾ ਫਾਇੰਡ ਕਰਨਾ ਹੈ। ਪਹਿਲਾਂ ਤੁਸੀਂ ਚਾਰੇ ਦੀ ਚਾਰਾਂ ਆਪਸ਼ਨਾਂ ਧਿਆਨ ਨਾਲ ਦੇਖੋ, ਪਹਿਲਾਂ ਆਂਸਰ ਫਾਇੰਡ ਕਰਕੇ ਦੇਖੋ ਕਿਹੜਾ ਹੋ ਸਕਦਾ ਹੈ। ਖੜਕ ਸਿੰਘ, ਨੌਨਿਹਾਲ ਸਿੰਘ, ਚੰਦ ਕੌਰ, ਸ਼ੇਰ ਸਿੰਘ। ਖੜਕ ਸਿੰਘ, ਸ਼ੇਰ ਸਿੰਘ, ਨੌਨਿਹਾਲ ਸਿੰਘ, ਚੰਦ ਕੌਰ। ਖੜਕ ਸਿੰਘ, ਨੌਨਿਹਾਲ ਸਿੰਘ, ਸ਼ੇਰ ਸਿੰਘ, ਚੰਦ ਕੌਰ, ਜਾਂ ਸ਼ੇਰ ਸਿੰਘ, ਖੜਕ ਸਿੰਘ, ਨੌਨਿਹਾਲ ਸਿੰਘ ਅਤੇ ਚੰਦ ਕੌਰ? ਤਾਂ ਆਂਸਰ ਇੱਥੇ ਸਹੀ ਬਣੇਗਾ ਆਪਸ਼ਨ ਨੰਬਰ ਏ, ਯਾਨੀ ਕਿ ਖੜਕ ਸਿੰਘ ਪਹਿਲਾਂ ਆਏ ਸਨ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਫਿਰ ਨੌਨਿਹਾਲ ਸਿੰਘ, ਫਿਰ ਚੰਦ ਕੌਰ, ਫਿਰ ਸ਼ੇਰ ਸਿੰਘ, ਠੀਕ ਹੈ। ਤਾਂ ਇਹ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਏ। ਆਖਰੀ ਸਿੱਖ ਮਹਾਰਾਜਾ ਸੀਗਾ ਮਹਾਰਾਜਾ ਦਲੀਪ ਸਿੰਘ। ਮਹਾਰਾਜਾ ਦਲੀਪ ਸਿੰਘ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ। ਸੋ ਇਹ ਵੀ ਪੁਆਇੰਟ ਜਿਹੜਾ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ। ਨੈਕਸਟ ਕੁਐਸਚਨ ਹੈਗਾ, ਬੱਦੋਵਾਲ ਦੀ ਜਿਹੜੀ ਲੜਾਈ ਆ ਕਦੋਂ ਹੋਈ ਸੀਗੀ? ਇਹ ਕੁਐਸਚਨ ਬਹੁਤ ਮਹੱਤਵਪੂਰਨ ਰਹੇਗਾ। ਪਹਿਲਾਂ ਐਂਗਲੋ ਸਿੱਖ ਜਿਹੜਾ ਵਾਰ ਹੋਇਆ ਸੀਗਾ, ਠੀਕ ਹੈ, ਉਸ ਦੀ ਲੜਾਈ ਹੈ। ਐਂਡ ਇਸ ਲੜਾਈ ਵਿੱਚ
ਸਿੱਖਾਂ ਦੀ ਜਿੱਤ ਹੁੰਦੀ ਹੈ। ਭੱਦੋਵਾਲ ਦੀ ਜਿਹੜੀ ਲੜਾਈ ਹੈ ਇਹ ਹੁੰਦੀ ਹੈ 21 ਜਨਵਰੀ 1846 ਦੇ ਵਿੱਚ। ਪੂਰੀ ਡੇਟ ਧਿਆਨ ਵਿੱਚ ਰੱਖਣੀ ਹੈ, ਪੂਰੀ ਡੇਟ ਹੀ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ। 21 ਜਨਵਰੀ 1846 ਨੂੰ ਹੋਈ ਸੀਗੀ ਭੱਦੋਵਾਲ ਦੀ ਲੜਾਈ, ਠੀਕ ਹੈ। ਫਸਟ ਐਂਗਲੋ ਸਿੱਖ ਵਾਰ ਹੋਇਆ ਸੀ 1845-46 ਦੇ ਵਿੱਚ, ਠੀਕ ਹੈ। ਇਸ ਤੋਂ ਇਲਾਵਾ ਭੱਦੋਵਾਲ ਦੀ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਕਿਸ ਨੇ ਕੀਤੀ ਸੀ? ਰਣਜੋਤ ਸਿੰਘ ਮਜੀਠੀਆ ਨੇ ਕੀਤੀ ਸੀ ਭੱਦੋਵਾਲ ਦੀ ਲੜਾਈ ਦੇ ਵਿੱਚ, ਠੀਕ ਹੈ। ਇਹ ਵੀ ਇੱਕ ਪੇਪਰ ਦੇ ਵਿੱਚ ਕੁਸ਼ਚਨ ਬਣਦਾ ਹੈ, ਕਿਉਂਕਿ ਲੜਾਈ ਮਹੱਤਵਪੂਰਨ ਰਹਿੰਦੀ ਹੈ, ਇਸ ਕਰਕੇ ਸਾਰੇ ਕੁਸ਼ਚਨ ਬਣ ਸਕਦੇ ਨੇ ਪੇਪਰ ਵਿੱਚ। ਨੈਕਸਟ ਕੁਸ਼ਚਨ ਹੈਗਾ ਸਰ, ਜੌਨ ਲਾਰੈਂਸ ਨੂੰ ਪੰਜਾਬ ਦਾ ਕਦੋਂ ਚੀਫ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀਗਾ? 1846, 1853, 1850 ਜਾਂ 1859? ਤਾਂ ਸਰ ਜੌਨ ਲਾਰੈਂਸ ਨੂੰ ਪੰਜਾਬ ਦਾ ਚੀਫ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ 1853 ਦੇ ਵਿੱਚ। ਬੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਬੀ। ਨੈਕਸਟ ਆਪਣਾ ਕੁਸ਼ਚਨ ਹੈਗਾ, ਰਾਧਾ ਸੁਆਮੀ ਲਹਿਰ ਦੀ ਨੀਂਹ ਕਦੋਂ ਰੱਖੀ ਗਈ ਸੀ? 19ਵੀਂ ਸਦੀ, 18ਵੀਂ ਸਦੀ ਜਾਂ 17ਵੀਂ ਸਦੀ? ਪੇਪਰ ਵਿੱਚ ਇੱਦਾਂ ਹੀ ਕੁਸ਼ਚਨ ਬਣੇਗਾ। ਤਾਂ ਰਾਧਾ ਸੁਆਮੀ ਲਹਿਰ ਦੀ ਜਿਹੜੀ ਨੀਂਹ ਹੈ ਇਹ ਰੱਖੀ ਗਈ ਸੀ 19ਵੀਂ ਸਦੀ ਦੇ ਵਿੱਚ। ਇਹ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਏ। ਰਾਧਾ ਸੁਆਮੀ ਲਹਿਰ ਦੀ ਨੀਂਹ ਸ਼ਿਵ ਦਿਆਲ ਨੇ ਰੱਖੀ ਸੀ। ਕਿਸ ਨੇ? ਸ਼ਿਵ ਦਿਆਲ ਨੇ ਰੱਖੀ ਸੀ। ਤੁਹਾਨੂੰ ਪਤਾ ਹੋਵੇਗਾ ਬਿਆਸ ਵਿਖੇ ਜੋ ਡੇਰਾ ਹੈਗਾ, ਠੀਕ ਹੈ, ਰਾਧਾ ਸੁਆਮੀ ਲਹਿਰ ਦੇ ਨਾਲ ਹੀ ਸੰਬੰਧਿਤ ਹੈ, ਤਾਂ ਇੱਥੇ ਇਹ ਬਿਲਕੁਲ ਸਹੀ ਆਂਸਰ ਬਣ ਜਾਵੇਗਾ। ਜਲਿਆਂਵਾਲਾ ਬਾਗ ਹੱਤਿਆਕਾਂਡ ਸਮੇਂ ਪੰਜਾਬ ਦਾ ਲੈਫਟੀਨੈਂਟ ਜਿਹੜਾ ਗਵਰਨਰ ਸੀ ਉਹ ਕੌਣ ਸੀਗਾ? ਜੌਨ ਲਾਰੈਂਸ, ਹੈਨਰੀ ਲਾਰੈਂਸ, ਮਾਈਕਲ ਅਡਵਾਇਰ ਜਾਂ ਜਨਰਲ ਡਾਇਰ? ਜਲਿਆਂਵਾਲਾ ਬਾਗ ਹੱਤਿਆਕਾਂਡ 13 ਅਪ੍ਰੈਲ 1919 ਦੇ ਵਿੱਚ ਹੁੰਦਾ, ਤਾਂ ਉਸ ਸਮੇਂ ਜਿਹੜਾ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਉਹ ਸੀਗਾ ਮਾਈਕਲ ਅਡਵਾਇਰ, ਠੀਕ ਹੈ। ਸੀ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਸੀ ਮਾਈਕਲ ਅਡਵਾਇਰ। ਹੱਤਿਆਕਾਂਡ ਦੇ ਕਾਰਨ ਰਵਿੰਦਰਨਾਥ ਟੈਗੋਰ ਨੇ ਨਾਈਟਹੁੱਡ ਦੀ ਜਿਹੜੀ ਉਪਾਧੀ ਲਈ ਸੀ ਉਹ ਵਾਪਸ ਕਰ ਦਿੱਤੀ ਸੀ, ਠੀਕ ਹੈ। ਇਹ ਵੀ ਪੁਆਇੰਟ ਧਿਆਨ ਵਿੱਚ ਰੱਖ ਸਕਦੇ ਹੋ। ਨੈਕਸਟ, ਸਿੱਖ ਗੁਰਦੁਆਰਾ ਐਕਟ ਪਾਸ ਹੋਣ ਉਪਰੰਤ ਕਦੋਂ ਲਾਗੂ ਕੀਤਾ ਗਿਆ ਸੀਗਾ? ਸਿੱਖ ਗੁਰਦੁਆਰਾ ਐਕਟ ਪਾਸ ਹੋਇਆ ਸੀ 1925 ਦੇ ਵਿੱਚ ਹੋਇਆ ਸੀ, ਬਟ ਇਸ ਨੂੰ ਲਾਗੂ ਕਦੋਂ ਕੀਤਾ ਗਿਆ ਸੀ? ਆਂਸਰ ਬਣੇਗਾ ਆਪਸ਼ਨ ਨੰਬਰ, ਯਾਨੀ ਕਿ 1 ਨਵੰਬਰ 1925 ਦੇ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਸੀ। ਇਹ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਏ। ਕਿਹੜੀ ਰਚਨਾ ਗੁਰਦਿਆਲ ਸਿੰਘ ਦੀ ਨਹੀਂ ਹੈ? ਸੱਗੀ ਫੁੱਲ, ਮੜੀ ਦਾ ਦੀਵਾ, ਅੰਨੇ ਕੌੜੇ ਦਾ ਤਾਣ ਜਾਂ ਅਤਵਾਟੇ? ਤਾਂ ਇਹਨਾਂ ਵਿੱਚੋਂ ਜਿਹੜੀ ਰਚਨਾ ਹੈਗੀ ਹੈ ਅਤਵਾਟੇ, ਇਹ ਰਚਨਾ ਗੁਰਦਿਆਲ ਸਿੰਘ ਦੀ ਨਹੀਂ ਹੈ, ਬਾਕੀ ਸਾਰੀਆਂ ਰਚਨਾਵਾਂ ਇਹਨਾਂ ਦੀਆਂ ਨੇ। ਸੱਗੀ ਫੁੱਲ, ਮੜੀ ਦਾ ਦੀਵਾ ਤੇ ਅੰਨੇ ਕੌੜੇ ਦਾ ਤਾਣ, ਇਹ ਸਾਰੀਆਂ ਰਚਨਾਵਾਂ ਗੁਰਦਿਆਲ ਸਿੰਘ ਦੀਆਂ ਨੇ। ਅਤਵਾਟੇ ਰਚਨਾ ਪ੍ਰੋਫੈਸਰ ਮੋਹਨ ਸਿੰਘ ਦੀ ਹੈ। ਗੁਰਦਿਆਲ ਸਿੰਘ ਨੂੰ 1975 ਵਿੱਚ ਅੱਧ ਚਾਨਣੀ ਰਾਤ ਇਹਨਾਂ ਦੀ ਰਚਨਾ, ਤਾਂ ਇਸ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਜਾਂ ਇਹਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਵੀਡੀਓ ਦਾ ਲਾਸਟ ਕੁਸ਼ਚਨ ਦੇਖ ਲੈਂਦੇ ਹਾਂ। ਪੈਪਸੂ ਨੂੰ ਪੰਜਾਬ ਵਿੱਚ ਸ਼ਾਮਿਲ ਕਦੋਂ ਕੀਤਾ ਗਿਆ ਸੀਗਾ? ਪੈਪਸੂ ਇੱਕ ਅਲੱਗ ਸਟੇਟ ਸੀਗੀ, ਠੀਕ ਹੈ। ਇਹਦੇ ਵਿੱਚ ਟੋਟਲ 8 ਰਿਆਸਤਾਂ ਸੀ। ਇਹ ਜਿਹੜੀ ਸਟੇਟ ਬਣੀ ਸੀ 1948 ਦੇ ਵਿੱਚ, ਤਾਂ ਇਹ ਕੁਸ਼ਚਨ ਪੁੱਛਿਆ ਗਿਆ ਜਿਹੜੀ ਪੈਪਸੂ ਸਟੇਟ ਸੀਗੀ ਤਾਂ ਇਸ ਨੂੰ ਪੰਜਾਬ ਦੇ ਵਿੱਚ ਕਦੋਂ ਮਰਜ ਕੀਤਾ ਗਿਆ ਸੀ ਜਾਂ ਸ਼ਾਮਿਲ ਕੀਤਾ ਗਿਆ ਸੀ? ਆਂਸਰ ਬਣੇਗਾ ਆਪਸ਼ਨ ਨੰਬਰ ਬੀ, ਯਾਨੀ ਕਿ 1 ਨਵੰਬਰ 1956 ਦੇ ਵਿੱਚ। 1 ਨਵੰਬਰ 1956 ਦੇ ਵਿੱਚ ਪੈਪਸੂ ਸਟੇਟ ਨੂੰ ਪੰਜਾਬ ਦੇ ਵਿੱਚ ਮਰਜ ਕੀਤਾ ਗਿਆ ਸੀ, ਬੀ ਬਿਲਕੁਲ ਸਹੀ ਆਂਸਰ ਬਣੇਗਾ। ਪੈਪਸੂ ਸਟੇਟ ਦੀਆਂ ਕੁੱਲ ਰਿਆਸਤਾਂ ਸਨ 8। ਪੈਪਸੂ ਰਾਜ ਦਾ ਗਠਨ ਹੁੰਦਾ 15 ਜੁਲਾਈ 1948 ਦੇ ਵਿੱਚ। ਪੈਪਸੂ ਦਾ ਪੂਰਾ ਨਾਮ ਹੈ ਪਟਿਆਲਾ ਤੇ ਪੂਰਬੀ ਪੰਜਾਬ ਪ੍ਰਦੇਸ਼ ਸਮੂਹ। ਡਾਇਰੈਕਟ ਪੇਪਰ ਦੇ ਵਿੱਚ ਆ ਜਿਹੜਾ ਕੁਸ਼ਚਨ ਬਣਦਾ ਹੈ, ਬੱਚੇ ਕਨਫਿਊਜ਼ ਹੋ ਜਾਂਦੇ ਨੇ ਕਈ ਵਾਰ, ਕੀ ਹੁੰਦਾ ਸਿੰਪਲ ਕੁਸ਼ਚਨ ਵੀ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ, ਬਟ ਬੱਚੇ ਕਨਫਿਊਜ਼ ਹੋ ਜਾਂਦੇ ਨੇ, ਠੀਕ ਹੈ। ਪਟਿਆਲਾ ਅਤੇ ਪੂਰਬੀ ਪੰਜਾਬ ਪ੍ਰਦੇਸ਼ ਸਮੂਹ ਇਹਦਾ ਪੂਰਾ ਨਾਮ ਸੀਗਾ। ਤਾਂ
ਆਪਣੇ ਟੋਟਲ 120 ਜਿਹੜੇ MCQs ਨੇ ਉਹ ਕਵਰ ਹੋ ਚੁੱਕੇ ਨੇ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇਹ ਵੀ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੇ, ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਅੱਗੇ ਆਪਾਂ ਕਲਾਸਾਂ ਨੂੰ ਕੰਟੀਨਿਊ ਰੱਖ ਸਕੀਏ। ਠੀਕ ਹੈ, ਜਿੰਨੀਆਂ ਵੀ ਤੁਸੀਂ ਹੁਣ ਤੱਕ ਕਲਾਸਾਂ ਲਗਾਈਆਂ ਨੇ ਤਾਂ ਉਹਨਾਂ ਨੂੰ ਨੋਟ ਵੀ ਜ਼ਰੂਰ ਤੁਸੀਂ ਕਰਨਾ ਹੈ। ਠੀਕ ਹੈ, ਜੇਕਰ ਪਹਿਲਾਂ ਵਾਲੀ ਤੁਸੀਂ ਕਲਾਸਾਂ ਨਹੀਂ ਦੇਖੀਆਂ ਤਾਂ ਚੈਨਲ ਦੇ ਪਲੇ ਲਿਸਟ ਚੈੱਕ ਕਰਕੇ ਦੇਖਿਆ ਜੇ, ਉੱਥੇ ਤੁਹਾਨੂੰ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਮਿਲ ਜਾਣਗੀਆਂ। ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ, ਲਾਈਕ ਨਹੀਂ ਕੀਤਾ ਤਾਂ ਪਲੀਜ਼ ਲਾਈਕ ਵੀ ਤੁਸੀਂ ਜ਼ਰੂਰ ਕਰਕੇ ਜਾਣਾ। ਨੀਚੇ ਦਿੱਤੇ ਨੰਬਰ ਤੇ ਤੁਸੀਂ ਮੈਨੂੰ WhatsApp ਰਾਹੀਂ ਕਾਲ ਕਰ ਸਕਦੇ ਹੋ ਜਾਂ WhatsApp ਰਾਹੀਂ ਮੈਨੂੰ ਮੈਸੇਜ ਕਰ ਸਕਦੇ ਹੋ। ਕੰਪਲੀਟ ਪੰਜਾਬ GK ਦੇ ਜਿਹੜੇ ਤੁਹਾਨੂੰ ਨੋਟਸ ਨੇ ਉਹ ਪ੍ਰੋਵਾਈਡ ਕੀਤੇ ਜਾ ਰਹੇ ਨੇ ਸਿਰਫ 200 ਰੁਪਏ ਦੇ ਵਿੱਚ। ਠੀਕ ਹੈ, 200 ਰੁਪਏ ਦੇ ਵਿੱਚ ਕੰਪਲੀਟ ਪੰਜਾਬ GK ਦੇ ਤੁਹਾਨੂੰ ਨੋਟਸ ਪ੍ਰੋਵਾਈਡ ਕੀਤੇ ਜਾ ਰਹੇ ਨੇ। ਬਾਕੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਇਹ ਮੈਨੂੰ ਤੁਸੀਂ ਜ਼ਰੂਰ ਦੱਸਿਆ ਜੀ। ਤਾਂ ਟੈਲੀਗ੍ਰਾਮ ਜਿਹੜਾ ਆਪਣਾ ਚੈਨਲ ਹੈ ਉਸ ਨੂੰ ਵੀ ਤੁਸੀਂ ਜ਼ਰੂਰ ਜੁਆਇਨ ਕਰ ਲੈਣਾ, ਇੱਕ ਆਪਣਾ ਐਪਲੀਕੇਸ਼ਨ ਵੀ ਹੈ ਉਸ ਨੂੰ ਵੀ ਤੁਸੀਂ ਇੰਸਟਾਲ ਕਰ ਲੈਣਾ। ਪਲੇ ਸਟੋਰ ਤੇ ਵਿਜ਼ਿਟ ਕਰਿਆ ਜੇ, ਉੱਥੇ ਮੈਂਸ਼ਨ ਕਰਿਆ ਜੇ ਸਰਚ ਬਾਕਸ ਵਿੱਚ ਸਟੱਡੀ ਪੈਂਟ 44 ਤਾਂ ਤੁਹਾਡੇ ਸਾਹਮਣੇ ਐਪਲੀਕੇਸ਼ਨ ਜਿਹੜਾ ਸ਼ੋ ਕਰ ਜਾਵੇਗਾ। ਬਾਕੀ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤੀ ਹੋਈ ਹੈ, ਉੱਥੇ ਵੀ ਤੁਸੀਂ ਡਾਇਰੈਕਟ ਇੰਸਟਾਲ ਕਰ ਸਕਦੇ ਜੀ। ਹੁਣ ਆਪਾਂ ਵੀਡੀਓ ਨੂੰ ਸਮਾਪਤ ਕਰਦੇ ਹਾਂ, ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।